ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਗੁਰਵਰਿੰਦਰ ਸਿੰਘ ਗਿੱਲ ਹੈ। ਮੈਂ ਕੈਨੇਡਾ ਤੋਂ ਕੈਲਗਰੀ ਤੋਂ ਹਾਂ। ਐਕਚੁਲੀ ਮੋਸਟ ਕੈਲਗਰੀ ਵਾਲੇ ਆਲਮੋਸਟ ਸਾਰੇ ਮੈਨੂੰ ਜਾਣਦੇ ਆ, ਪਰ ਮੇਰੇ ਨਾਂ ਤੋਂ ਸ਼ਾਇਦ ਕੋਈ ਨਾ ਜਾਣਦਾ ਹੋਵੇ। ਉੱਦਾਂ ਅਸੀਂ ਪੰਜਾਬ ਦੇ ਵਿੱਚ ਆਪਣਾ ਮਾਝੇ 'ਚ ਰਹਿੰਦੇ ਅਤੇ ਉਹ ਭਾਊ ਵੀ ਕਹਿ ਦਿੰਦੇ ਆ। ਗੋਰੇ ਲੋਕ ਮੈਨੂੰ ਜ਼ੋਰ 'ਚ ਵੀ ਕਹਿ ਦਿੰਦੇ ਆ। ਮੈਂ ਇੰਡੀਆ ਆਇਆ ਸੀ ਵਾਈਫ ਦੇ ਨਾਲ, ਅਤੇ ਉਹ ਕਹਿੰਦੇ ਸੀ ਵੀ ਆਪਣਾ ਤੁਹਾਡਾ ਭਾਰ ਬਹੁਤ ਜ਼ਿਆਦਾ ਆ, ਵੀ ਉਹਦਾ ਕਰੋ ਕੋਈ ਨਾ ਕੋਈ ਬੰਦੋਬਸਤ। ਅਸੀਂ ਗਏ ਕਈਆਂ ਥਾਵਾਂ 'ਤੇ, ਪਹਿਲਾਂ ਕਈ ਨਿਊਜ਼ ਵੀ ਸੁਣੇ, ਪਤਾ ਲੱਗਾ। ਫਿਰ ਉਹ ਨੋਰਮਲੀ ਉਹ ਫੋਨ ਕੀਤਾ ਅਤੇ ਪਤਾ ਲੱਗਾ ਵੀ ਆਪਣੇ ਇੱਥੇ ਡਾਕਟਰ ਅਮਿਤ ਸੂਦ ਹੋਰੀ ਨੇ ਮੋਗੇ, ਉਹ ਸਮਹਾਓ ਗਏ ਹੋਏ ਸੀ ਆਪਣਾ ਉੱਥੇ ਫਰੀਦਕੋਟ, ਉਹ ਜਿਹੜੇ ਮੇਰੇ ਇਨਲਾਦ ਨੇ। ਅਤੇ ਉੱਥੇ ਮੈਂ ਉਹਨਾਂ ਦੇ ਨਾਲ ਕੋਂਟੈਕਟ ਕੀਤਾ ਫਾਰ 15-20 ਮਿੰਟ। ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਉਹਨਾਂ ਦੀ ਮਤਲਬ ਕਿ ਜਿਹੜਾ ਉਹਨਾਂ ਦਾ ਕੌਨਫੀਡੈਂਸ ਸੀ ਉਹ ਮੈਨੂੰ ਮਤਲਬ ਕਿ ਕਾਫੀ ਅਪੀਲ ਕੀਤਾ, ਅਤੇ ਮਤਲਬ ਕਿ ਮੈਨੂੰ ਵੀ ਲੱਗਾ ਮੇਰੇ 'ਚ ਵੀ ਸੈਲਫ ਕੌਨਫੀਡੈਂਸ ਹੈਗਾ ਸੀ। ਪਰ ਮੈਂ ਉਹ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਦੀ ਜ਼ਰੂਰਤ ਨਹੀਂ ਗੀ ਹੈਗੀ, ਤੁਸੀਂ ਆਓ ਸਾਡੇ ਕੋਲ, ਤੁਹਾਨੂੰ ਵੈਲ ਟੇਕ ਕੇਅਰ ਕੀਤਾ ਜਾਊਗਾ ਉੱਥੇ। ਅਤੇ ਨੈਕਸਟ ਡੇ ਫਿਰ ਮੈਂ ਵਾਈਫ ਦੇ ਨਾਲ ਉੱਥੇ ਗਿਆ, ਉੱਥੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਵਾਈਫ ਕਹਿੰਦੇ ਵੀ ਆਈ ਐਮ ਗੋਇੰਗ ਬੈਕ ਟੂ ਕੈਨੇਡਾ, ਯੂ ਲੁੱਕ ਆਫਟਰ ਮਾਈ ਹੌਸਪਿਟਲ। ਅਤੇ ਉਹ ਜਦੋਂ ਮੈਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਗਏ, ਥੋੜ੍ਹੇ ਕੁ ਚਿਰ ਬਾਅਦ ਦੋ ਕੁ ਸਕਿੰਟਾਂ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿੱਥੇ ਹਾਂ। ਜਦੋਂ ਮੈਂ ਅੱਖਾਂ ਖੋਲੀਆਂ ਮੈਨੂੰ ਪਤਾ ਲੱਗਾ ਵੀ ਮੇਰਾ ਤਾਂ ਆਪਰੇਸ਼ਨ ਹੋ ਗਿਆ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਆਪਰੇਸ਼ਨ ਇਜ਼ ਔਲਰੇਡੀ ਡਨ। ਅਤੇ ਫਿਰ ਉਹਨਾਂ ਨੇ ਮੈਨੂੰ ਲਿਆ ਕੇ ਉਹ ਆਈ ਸੀ ਯੂ ਦੇ ਵਿੱਚ ਲਾ ਕੇ, ਥੋੜ੍ਹੇ ਕੁ ਚਿਰ ਬਾਅਦ ਮੈਨੂੰ ਕਹਿੰਦੇ ਵੀ ਹੁਣ ਤੁਸੀਂ ਇੱਦਾਂ ਕਰੋ ਆਪਣਾ ਥੋੜ੍ਹਾ ਜਿਹਾ ਬਾਹਰ ਜਾ ਕੇ ਗੇੜਾ ਕੱਟੋ। ਉੱਥੇ ਮੈਂ 2 ਕੁ ਗੇੜੇ ਕੱਢੇ। ਉੱਥੇ ਕੋਈ ਮਤਲਬ ਕਿ ਇਹੋ ਜਿਹੀ ਪੁਜੀਸ਼ਨ ਨਹੀਂ ਸੀ ਕਿ ਕੋਈ ਡਰ ਵਾਲੀ ਗੱਲ ਜਾਂ ਫਰੇਡ ਵਾਲੀ ਗੱਲ ਆ। ਮੈਨੂੰ ਤਾਂ ਇਹ ਵੀ ਨਹੀਂ ਮਹਿਸੂਸ ਹੋਇਆ ਵੀ ਮੇਰਾ ਆਪਰੇਸ਼ਨ ਹੋਇਆ ਵੀ ਹੈ ਕਿ ਨਹੀਂ ਹੋਇਆ। ਮੈਂ ਤਾਂ ਮੋਸਟ ਇਹੋ ਹੀ ਰਿਕਮੈਂਡ ਕਰੂੰਗਾ ਕਿ ਜਿਹੜੇ ਮੇਰੇ ਯਾਰ ਦੋਸਤ ਮੇਰੇ ਵਰਗੇ ਆ, ਆਈ ਵਿਲ ਰਿਕਮੈਂਡ ਡਾਕਟਰ ਅਮਿਤ ਸੂਦ ਕਿ ਜੇ ਤੁਸੀਂ ਜਾਓ ਉੱਥੇ ਮੋਗੇ, ਅਤੇ ਉੱਥੇ ਜਾ ਕੇ ਤੁਸੀਂ ਜ਼ਰੂਰ ਟਰਾਈ ਕਰੋ, ਤੁਸੀਂ ਉਹਨਾਂ ਨਾਲ ਡਿਸਕਸ ਕਰੋ ਵੈਦਰ ਤੁਸੀਂ ਉੱਥੇ ਜਾ ਕੇ ਆਪਣਾ ਆਪਰੇਸ਼ਨ ਕਰਾਉਣਾ ਜਾਂ ਨਹੀਂ ਕਰਾਉਣਾ। ਡੈਥ ਡਿਫਰੈਂਟ ਸਟੋਰੀ, ਬਟ ਐਟਲੀਸਟ ਇਹ ਹੈ ਕਿ ਤੁਸੀਂ ਜਾ ਕੇ ਉਹਨਾਂ ਦੇ ਨਾਲ ਡਿਸਕਸ ਕਰਕੇ ਉਹਨਾਂ ਨਾਲ ਮਤਲਬ ਕਿ ਉਹਨਾਂ ਦਾ ਵੇ ਆਫ ਬਿਹੇਵ ਅਤੇ ਜਿਹੜਾ ਉਹਨਾਂ ਦਾ ਸਟਾਫ ਆ ਉਹਦੇ ਬਾਰੇ, ਇਹ ਇੱਕ ਮੇਨ ਚੀਜ਼ ਆ ਕਿ ਕਾਫੀ ਹੁਣ ਆਪਾਂ ਕੈਨੇਡਾ 'ਚ ਰਹਿੰਦਿਆਂ ਨੂੰ ਮੈਨੂੰ 50 ਸਾਲ ਹੋ ਗਏ ਆ, ਇੱਥੇ ਵੀ ਦੇਖੀਦਾ ਆ ਆਪਣਾ ਵੀ ਜਿੱਦਾਂ ਆਪਾਂ ਜਾਂਦੇ ਹਾਂ ਆਪਣਾ ਹੋਸਪਿਟਲ ਦੇ ਵਿੱਚ ਅਤੇ ਆਪਣੇ ਨਰਸਿਸ ਲੁੱਕ ਆਫਟਰ ਪ੍ਰੋਪਰਲੀ ਕਰਦੇ ਹਾਂ, ਤਾਂ ਸੇਮ ਵੇ ਇਹਨਾਂ ਦੇ ਹੋਸਪਿਟਲ ਦਾ ਜਿਹੜਾ ਸਿਸਟਮ ਆ ਆਪਣੇ ਬਾਹਰ ਵਾਂਗੂ ਕਾਫੀ ਜਿਹੜਾ ਆ ਵਧੀਆ ਆ। ਮੈਂ ਵੈਸੇ ਹੋਰ ਵੀ 1-2 ਜਗ੍ਹਾ ਦੇ ਉੱਤੇ ਟਰਾਈ ਕੀਤੀ ਪਰ ਮੈਨੂੰ ਇੱਥੇ ਸੂਟ ਕੀਤਾ, ਅਤੇ ਮੈਂ ਹੁਣ ਆਮ ਵੈਰੀ ਹੈਪੀ ਨਾਓ ਆਮ ਗੋਇੰਗ ਬੈਕ ਟੂ ਕੈਨੇਡਾ ਇਨ ਕਪਲ ਵੀਕਸ। ਬਾਕੀ ਇਹ ਆ ਕਿ ਜੇ ਇਹਦੇ ਬਾਰੇ ਕੋਈ ਤੁਸੀਂ ਡਿਸਕਸ ਵੀ ਕਰਨਾ ਆ, ਅਤੇ ਮੇਰਾ ਕੈਨੇਡਾ ਦਾ ਨੰਬਰ ਵੀ ਹੈਗਾ ਆ 4036291932। ਤੁਸੀਂ ਵਟਸਐਪ ਜਾਂ ਕੋਈ ਵੀ ਕਰਕੇ ਮੈਨੂੰ ਕਿਸੇ ਕਿਸਮ ਦੀ ਡਿਸਕਸ ਕਰ ਸਕਦੇ ਆ। ਪਰ ਬੇਸਿਕਲੀ ਚੀਜ਼ ਕੀ ਹੈ ਕਿ ਜੇ ਤੁਸੀਂ ਵੇਟ ਲੂਜ਼ ਕਰ ਲੈਂਦੇ 40-50 ਤਾਂ ਤੁਸੀਂ ਔਰ ਹੈਪੀ। ਅਤੇ ਜੇ ਅਸੀਂ ਕਈ ਵਾਰੀ ਡਰਦੇ ਰਹਿੰਦੇ ਹਾਂ ਜੀ ਖਰੇ ਕੀ ਹੋਊਗਾ ਜੀ, ਅਸੀਂ ਪਤਾ ਨਹੀਂ ਜੀ ਜੇ ਆਪਰੇਸ਼ਨ ਹੋਇਆ ਅਸੀਂ ਮਰ ਜਾਵਾਂਗੇ, ਮਰਨਾ ਤਾਂ ਰੱਬ ਦੇ ਹੱਥ ਦੇ ਵਿੱਚ ਲਿਖਿਆ, ਉਹ ਤਾਂ ਇੱਕੋ ਵਾਰੀ ਮਰਨਾ, ਭਾਵਾਂ ਅਸੀਂ ਮੰਜੇ 'ਤੇ ਪਏ ਮਰ ਜਾਈਏ ਭਾਵਾਂ ਆਪਰੇਸ਼ਨ 'ਚ ਮਰ ਜਾਈਏ, ਇਟ ਮੇਕ ਨੋ ਡਿਫਰੈਂਸ। ਮੈਂ ਜਦੋਂ ਆਪਰੇਸ਼ਨ ਕਰਾਉਣ ਆਇਆ ਇੱਥੇ ਆਪਣਾ ਮੋਗੇ ਹੋਸਪਿਟਲ, ਅਤੇ ਇਹਨਾਂ ਨੇ ਮੇਰਾ ਵੇਟ ਚੈੱਕ ਕੀਤਾ, ਅਤੇ ਉਹ ਕਹਿੰਦੇ ਵੀ ਤੇਰਾ ਵੇਟ ਤਾਂ ਹੈਗਾ 121.something, ਅਤੇ ਕਹਿੰਦੇ ਵੀ ਸਾਡੇ ਕੋਲ ਤਾਂ ਬਹੁਤ ਇਦੋਂ ਵੀ ਜ਼ਿਆਦਾ ਵੇਟ ਵਾਲੇ ਆਉਂਦੇ ਨੇ, ਅਤੇ ਉਹ ਕਹਿੰਦੇ ਵੀ ਯੂ ਹੈਵ ਨੋ ਪ੍ਰੋਬਲਮ। ਅਤੇ ਉਹ ਜਦੋਂ ਆਪਰੇਸ਼ਨ ਮੈਂ ਕਰਾਇਆ ਉਦੋਂ ਹੁਣ ਮੈਂ ਆਣ ਕੇ ਚੈੱਕ ਕਰਾਇਆ 2 ਵੀਕਾਂ ਤੋਂ ਬਾਅਦ, ਅਤੇ ਮੇਰਾ 9 ਕਿਲੋ ਭਾਰ ਘੱਟ ਗਿਆ, ਅਤੇ ਕੋਈ ਖਾਣ ਪੀਣ ਦੀ ਮੈਨੂੰ ਪ੍ਰੋਬਲਮ ਨਹੀਂ ਆਈ। ਡਰਾਈਵ ਵੀ ਉਹ ਕਹਿੰਦੇ ਵੀ 3-4 ਦਿਨਾਂ ਤੋਂ ਬਾਅਦ ਯੂ ਕੈਨ ਡਰਾਈਵ ਇਟ,
ਸਲੋਲੀ ਕਿ ਤੁਹਾਨੂੰ ਕੋਈ ਇਹੋ ਜਿਹੀ ਸਮੱਸਿਆ ਨਹੀਂ ਗੀ ਆਊਗੀ ਅਤੇ ਕੋਈ ਖਾਣ ਪੀਣ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਹ ਹੈ ਕਿ ਥੋੜ੍ਹਾ ਜਿਹਾ ਪਹਿਲਾਂ ਤੁਹਾਨੂੰ ਸਲੋਲੀ ਸਲੋਲੀ ਖਾਣਾ ਪੈਂਦਾ ਹੈ। ਇਹ ਨਹੀਂ ਆਪਾਂ ਅੱਗੇ ਵਾਂਗੂ ਜਿੰਨਾ ਜ਼ਿਆਦਾ ਖਾਂਦੇ ਹਾਂ ਥੋੜ੍ਹਾ ਥੋੜ੍ਹਾ ਕਰਕੇ ਮੁੜ ਕੇ ਮਤਲਬ ਕਿ ਐਕਚੁਲੀ ਇਹ ਸਲੋਲੀ ਸਲੋਲੀ ਕਰਦਿਆਂ ਕਰਦਿਆਂ ਵੀਕ ਦੋ ਵੀਕ ਤਿੰਨ ਵੀਕ ਮੰਥ ਦੇ ਬਾਅਦ ਬੰਦਾ ਲਰਲੀ ਹੋ ਜਾਂਦਾ ਅਤੇ ਉਹਨੂੰ ਕੋਈ ਸਮੱਸਿਆ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਨਹੀਂ। ਕੋਈ ਕੰਡੀਸ਼ਨ ਨਹੀਂ ਹੈਗੀ ਵੀ ਆਹ ਚੀਜ਼ ਤੁਸੀਂ ਖਾਣੀ ਨਹੀਂ ਅਤੇ ਆਹ ਨਹੀਂ ਖਾਣੀ, ਤੁਸੀਂ ਸਭ ਕੁਝ ਖਾ ਸਕਦੇ ਆ। ਬੇਸਿਕਲੀ ਤਾਂ ਜੇ ਆਪਾਂ ਉੱਦਾਂ ਵੀ ਨੋਰਮਲ ਕਿਸੇ ਡਾਕਟਰ ਨੂੰ ਮਿਲਣ ਜਾਂਦੇ ਹਾਂ ਉਹ ਕਹਿ ਦਿੰਦੇ ਜੀ ਆ ਤਾਂ ਤਲੀਆਂ ਤੁਲੀਆਂ ਚੀਜ਼ਾਂ ਇਹੋ ਜਿਹੀਆਂ ਉਹਨਾਂ ਤੋਂ ਤੁਸੀਂ ਥੋੜ੍ਹਾ ਜਿਹਾ ਪਰਹੇਜ਼ ਕਰੋ। ਬਾਕੀ ਨੋਰਮਲੀ ਜੋ ਤੁਹਾਨੂੰ ਜੋ ਤੁਸੀਂ ਕੁਛ ਖਾਣਾ ਆ ਯੂ ਕੈਨ ਟੇਕ ਐਨੀਥਿੰਗ ਯੂ ਵਾਂਟ। ਬਾਕੀ ਲਾਸਟ ਦੇ ਵਿੱਚ ਤਾਂ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਆਈ ਵਿਲ ਥੈਂਕ ਯੂ ਵੈਰੀ ਮੱਚ ਫਾਰ ਡਾਕਟਰ ਅਮਿਤ ਸੂਦ।